ਪੰਜਾਬੀ ਪੋਡਕਾਸਟ ਨੂੰ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਹਾਰਦਿਕ ਸਵਾਗਤ। ਮੈਂ ਹਾਂ ਤੁਹਾਡਾ ਹੋਸਟ ਸੰਗਤਾਰ। ਅੱਜ ਦੇ ਪਲੇਠੇ ਐਪੀਸੋਡ ਦੇ ਵਿੱਚ ਅਸੀਂ ਪਹਿਲਾਂ ਗੱਲ ਕਰਾਂਗੇ ਥੋੜ੍ਹੀ ਜਿਹੀ ਪੰਜਾਬੀ ਪੋਡਕਾਸਟ ਬਾਰੇ, ਉਹ ਤੋਂ ਬਾਅਦ ਗੱਲ ਕਰਾਂਗੇ ਕਮਲ ਹੀਰ ਹੋਣਾ ਨਾਲ, ਅਤੇ ਜਾਂਦੇ ਜਾਂਦੇ ਸ਼ੇਅਰ ਕਰਾਂਗੇ ਰੰਗਾਂ ਦੀ ਕਵੀਸ਼ਰੀ। ਅਤੇ ਆਓ ਜੀ ਸ਼ੁਰੂਆਤ ਕਰਦੇ ਹਾਂ ਪੰਜਾਬੀ ਪੋਡਕਾਸਟ ਦੀ। ਪੰਜਾਬੀ ਪੋਡਕਾਸਟ ਪੰਜਾਬੀ ਬੋਲੀ ਦੇ ਜਸ਼ਨ ਦੀ ਗੱਲ ਆ, ਪੰਜਾਬੀਆਂ ਦੇ ਜਸ਼ਨ ਦੀ ਗੱਲ ਆ, ਪੰਜਾਬੀਅਤ ਜਿਹੜਾ ਸਾਡਾ ਰਹਿਣ ਸਹਿਣ, ਸਾਡਾ ਸੱਭਿਆਚਾਰ, ਸਾਡਾ ਵਿਰਸਾ, ਉਹਦੇ ਜਸ਼ਨ ਦੀ ਗੱਲ ਆ, ਅਤੇ ਪੰਜਾਬ ਜਿਸ ਧਰਤੀ ਨਾਲ ਸਾਡੀਆਂ ਜੜ੍ਹਾਂ ਜੁੜੀਆਂ ਹੋਈਆਂ ਉਹਦੇ ਜਸ਼ਨ ਦੀ ਗੱਲ ਆ। ਪੰਜਾਬੀ ਦੀ ਅੱਜ ਬੜੀ ਚੜ੍ਹਦੀ ਕਲਾ ਦੁਨੀਆਂ ਦੇ ਵਿੱਚ, 93 ਮਿਲੀਅਨ ਲੋਕਾਂ ਦੀ ਇਹ ਮਾਂ ਬੋਲੀ ਆ, ਅਤੇ 9ਵੇਂ ਨੰਬਰ 'ਤੇ ਇਹ ਦੁਨੀਆਂ ਦੇ ਵਿੱਚੋਂ ਜੇ ਭਾਸ਼ਾਵਾਂ ਦੇ ਦਰਜੇ ਗਿਣਨੇ ਹੋਣ ਤਾਂ 9ਵੇਂ ਨੰਬਰ 'ਤੇ ਪੰਜਾਬੀ ਆਉਂਦੀ ਆ। ਇਸੇ ਕਰਕੇ ਮੈਂ ਲਿਖਿਆ ਸੀ ਕਿ ਕਿੱਥੇ ਕਿੱਥੇ ਮੈਂ ਜਾ ਕੇ ਨਹੀਂ ਵੇਖੇ ਖਿੜੇ ਫੁੱਲ ਪਰਿਵਾਰ ਪੰਜਾਬੀਆਂ ਦੇ, ਮਹਿਕਾਂ ਵੰਡਦੇ ਅਤੇ ਠਾਠ ਨਾਲ ਵਸਣ ਸਿਹਰੇ ਸਿਰਾਂ 'ਤੇ ਨੇ ਕਾਮਯਾਬੀਆਂ ਦੇ। ਲੱਖ ਕਰਨਗੇ ਵੈਰੀ ਦਰਿਆ ਜ਼ਖਮੀ, ਕਿਹੜਾ ਇਸ ਦਰਿਆ ਨੂੰ ਫੱਟ ਲਾਊ, ਵਗਦੀ ਨਦੀ ਜੋ ਇਹਨਾਂ ਦੇ ਖੂਨ ਅੰਦਰ, ਕੌਣ ਉਸ ਦੇ ਵਹਿਣ ਨੂੰ ਠੱਲ ਪਾਊ। ਮਾਂ ਬੋਲੀ ਨੂੰ ਦਿਲੀ ਵਸਾ ਲੈਣਾ, ਗੱਲ ਰੋਜ਼ ਪੰਜਾਬੀ ਦੀ ਰਿੜੀ ਜਾਵੇ, ਬਾਕੀ ਗੇੜ ਤਾਂ ਸਮੇਂ ਦਾ ਬਹੁਤ ਲੰਮਾ, ਪੀੜ੍ਹੀ ਬਦਲ ਜਾਵੇ ਖੂਹ ਗੇੜੀ ਜਾਵੇ। ਪੰਜਾਬੀ ਪੋਡਕਾਸਟ ਦੇ ਪਲੇਠੇ ਐਪੀਸੋਡ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਗੱਲਬਾਤ ਕਰਨ ਜਾ ਰਹੇ ਹਾਂ ਕਮਲ ਹੀਰ ਹੋਣਾ ਨਾਲ। ਕਮਲ ਹੀਰ ਜੀ ਕਰੋ ਸਤਿ ਸ਼੍ਰੀ ਅਕਾਲ, ਕਰੋ ਸਵਾਗਤ ਜਿਨ੍ਹਾਂ ਨੇ ਡਾਊਨਲੋਡ ਕਰ ਲਈ ਆ ਸਾਡੀ ਪੋਡਕਾਸਟ। ਬਿਲਕੁਲ ਸਵਾਗਤ ਹੀ ਆ, ਸਤਿ ਸ਼੍ਰੀ ਅਕਾਲ ਜਿਹੜੇ ਜਿਨ੍ਹਾਂ ਦੇ ਨਾਲ ਅਸੀਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਹਾਂ, ਉਹਨਾਂ ਨੇ ਤਾਂ ਬੇਸਿਕਲੀ ਡਾਊਨਲੋਡ ਕਰਕੇ ਸੁਣ ਰਹੇ ਆ। ਹਾਂ, ਇਹ ਤਾਂ ਐਡਵਾਂਸ ਲੋਕ ਨੇ, ਤਾਂ ਵੈਰੀ ਐਡਵਾਂਸ। ਵੈਸੇ ਤਾਂ ਬਹੁਤ ਆ ਪੋਡਕਾਸਟ ਆ ਨਾ ਅੰਗਰੇਜ਼ੀ ਦੇ ਵਿੱਚ, ਪਰ ਪੰਜਾਬੀ 'ਚ ਹਾਲੇ ਰਿਵਾਜ਼ ਨਹੀਂ ਪਿਆ। ਉਹ ਇੱਕ ਇੱਕ ਬਬਲ 'ਚੋਂ ਬਾਹਰ, ਜਿੱਦਾਂ ਉਹ ਬੰਦਾ ਇੱਦਾਂ ਹੁੰਦਾ ਆ ਵੀ ਇੱਕ ਵਾਰੀ ਤੁਹਾਡਾ ਨਾ ਬਣ ਜਾਂਦਾ ਜਿਹੜਾ ਰੂਟੀਨ ਆ ਵੀ ਹਾਂ ਹਾਂ ਹਾਂ, ਅੱਛਾ ਯਾਰ ਪੰਜਾਬੀ ਦੀ ਵੀ ਹੈਗੀ, ਪੰਜਾਬੀ 'ਚ ਬੰਦਾ ਸੋਚਦਾ ਨਹੀਂ ਵੀ ਯਾਰ ਪੰਜਾਬੀ 'ਚ ਪੋਡਕਾਸਟ ਵੀ ਹੋ ਸਕਦੀ। ਜਿਸ ਵੇਲੇ ਉਹ ਚੀਜ਼ ਹੋਣ ਲੱਗ ਪੈਂਦੀ ਆ ਫਿਰ ਉਹ ਨੋਰਮਲ ਚੀਜ਼ ਲੱਗ ਪੈਂਦੀ। ਹੈਗਾ ਤਾਂ ਪੋਡਕਾਸਟ ਵੀ ਰੇਡੀਓ ਪ੍ਰੋਗਰਾਮ ਹੀ ਆ, ਪਰ ਇਹਦਾ ਫਾਇਦਾ ਇਹ ਆ ਕਿ ਜਦੋਂ ਬੰਦੇ ਦਾ ਜੀ ਚਾਹੇ ਉਦੋਂ ਡਾਊਨਲੋਡ ਕਰਕੇ ਸੁਣ ਸਕਦਾ। ਰਿਕਾਰਡਿੰਗਾਂ ਨੇ ਤਾਂ ਜੀਵਨ, ਮੈਨੂੰ ਲੱਗਦਾ, ਮੈਂ ਤਾਂ ਇਹ ਕਹਿੰਦਾ ਹੁੰਦਾ ਵੀ ਇੰਨਾ ਸੌਖਾ ਕਰ ਦਿੱਤਾ। ਜੇ ਹੁਣ ਬੜੇ ਗੁਲਾਮ ਅਲੀ ਖਾਨ ਸਾਹਿਬ ਨੂੰ ਵੀ 2 ਵਜੇ 3 ਵਜੇ ਰਾਤ ਨੂੰ ਵੀ ਮੈਂ ਉੱਠ ਕੇ ਕਹਿੰਦਾ ਜੀ ਸੁਣਾਓ ਮੈਨੂੰ ਰਾਗ ਦਰਬਾਰੀ, ਉਸੇ ਵੇਲੇ ਅਗਲਾ ਸੁਣਾਉਣ ਲੱਗ ਪੈਂਦਾ, ਹਾਜ਼ਰ ਹੋਵੋ, ਚਲੋ ਸੁਣਾਓ ਜੀ ਰਾਗ ਦਰਬਾਰੀ। ਉਹ ਟੇਪ ਲਾ ਦੇਣੀ ਆ, ਉਹ ਇੱਦਾਂ ਲੱਗਦਾ ਜਿੱਦਾਂ ਸਨਮੁੱਖ ਉਹ ਵਿਅਕਤੀ ਤੁਹਾਡੇ ਆ ਕੇ, ਕੋਈ ਵੀ ਜਿਹੜੀ ਵੀ ਕਿਸੇ ਦਾ ਫੈਨ ਆ, ਕੁਛ ਵੀ ਆ ਦੁਨੀਆਂ ਦੀ ਚੀਜ਼, ਜਾਂ ਕੋਈ ਸ਼ੋਅ ਆ, ਟੀਵੀ ਸ਼ੋਅ, ਐਨੀਥਿੰਗ, ਉਹ ਇੰਨੀ ਸੌਖੀ ਹੋ ਗਈ ਆ, ਉਪਲਬਧ ਹੋ ਗਈ ਆ, ਯਾਨੀ ਕਿ ਨਾਲੇ ਹੀ ਤੇਰੇ ਪਈ ਆ, ਉਪਲਬਧ ਆ। ਅਤੇ ਨਾਲੇ ਹੋਰ ਵੀ ਆ, ਕਰੋਨੇ ਕਰਕੇ ਜਿੱਦਾਂ ਲੋਕ ਘਰਾਂ ਦੇ ਵਿੱਚ ਬਹੁਤ, ਤੁਹਾਨੂੰ ਪਤਾ ਕਿ ਫਸੇ ਪਏ ਆ, ਬੈਠੇ ਪਏ ਆ ਕੁਆਰੰਟੀਨ 'ਚ, ਲੋਕਾਂ ਨੇ ਯੂਟਿਊਬ ਤੋਂ ਨਵੀਆਂ ਨਵੀਆਂ ਚੀਜ਼ਾਂ ਬਹੁਤ ਸਿੱਖੀਆਂ ਅੱਜ ਕੱਲ੍ਹ ਲਾ ਕੇ। ਬਾਕੀ ਕੰਮ ਡਾਊਨ ਹੋ ਗਿਆ, ਮੈਨੂੰ ਲੱਗਦਾ ਇਹ ਕੰਮ ਅਪ ਚੱਲ ਗਿਆ ਹੋਣੇ। ਪਰ ਇਹਦੇ ਵਿੱਚ ਹਰਜ ਵੀ ਕੋਈ ਨਹੀਂ, ਹੁਣ ਜੇ ਕੋਈ ਰਾਜ ਮਿਸਤਰੀ ਆ ਜਾਂ ਤਰਖਾਣਾ ਕੰਮ ਕਰਦਾ, ਜੇ ਉਹ ਵਿਹਲੇ ਸਮੇਂ 'ਚ ਕਾਰ ਦਾ ਫਿਲਟਰ ਬਦਲਣਾ ਸਿੱਖ ਲਵੇ, ਬਿਲਕੁਲ ਲੈ, ਤਾਂ ਉਹਦੇ ਵਿੱਚ ਕੀ ਨੁਕਸਾਨ ਆ। ਜੇ ਤੁਸੀਂ ਜੇ ਗੱਤਕਾ ਸਿੱਖ ਲਿਆ ਕਾਕਾ, ਆਖੇ ਨਹੀਂ ਨਹੀਂ ਆਖੇ ਡੈਡੀ, ਅੱਜ ਕੱਲ੍ਹ ਤਾਂ ਪਸਤੌਲਾਂ ਦਾ ਜ਼ਮਾਨਾ, ਕਹਿੰਦਾ ਜੇ ਤੈਨੂੰ ਗੱਤਕਾ ਆਉਂਦਾ ਹੋਊਗਾ ਤਾਂ ਪਸਤੌਲ ਤੇਰੀ ਜੇਬ 'ਚੋਂ ਡਿੱਗ ਨਹੀਂ ਚੱਲੇ, ਡਿੱਗਦੇ ਆ ਨਾਲੇ ਘੁਮਾਣਾ ਜੋ ਉਂਗਲੀ 'ਤੇ ਵੀ ਚੀਜ਼ਾਂ ਆਉਂਦੀਆਂ। ਹੁਣ ਉਹ ਤੁਹਾਡੀ ਆਪਣੀ ਕਮਾਈ ਆ, ਨਾਲੇ ਆਪਣੇ ਆਪ ਨੂੰ ਰੁੱਝਿਆ ਹੋਇਆ ਰੱਖਣਾ, ਰੁਝੇਵਾਂ ਜਿਹੜਾ ਬਿਜ਼ੀ ਆਪਣੇ ਆਪ ਨੂੰ ਰੱਖਣਾ ਉਹ ਵੀ ਬਹੁਤ ਜ਼ਰੂਰੀ ਆ ਨਾ ਇੱਦਾਂ ਦੇ ਸਮੇਂ ਦੇ ਵਿੱਚ, ਬੰਦੇ ਦਾ ਜਿਹੜਾ ਮਨ ਆ ਫਿਰ ਠੀਕ ਰਹਿੰਦਾ ਉਹਦੇ ਨਾਲ। ਜਦ ਬੰਦਾ ਕੋਈ ਸਿੱਖਦਾ ਬਿਜ਼ੀ ਤਾਂ ਆਪ ਤੁਸੀਂ ਕਿਤਾਬ ਲੱਗ ਪਾ ਪੜ੍ਹਨ, ਮੈਂ ਪਲੇਨ 'ਚ ਖਾਸ ਕਰਕੇ ਗੱਲ ਦੇਖੀ ਆ, ਤੁਸੀਂ ਜਦੋਂ ਕਿਤਾਬ ਪੜ੍ਹਦੇ ਆ ਨਾ ਬੰਦਾ ਦੇਖਦਾ ਬਈ ਅੱਛਾ ਯਾਰ 4 ਘੰਟੇ ਹੋ ਗਏ, ਕਿਤਾਬਾਂ ਤਾਂ ਪਰ ਅੱਜ ਕੱਲ੍ਹ ਥੋੜ੍ਹੇ ਹੀ ਲੋਕ ਪੜ੍ਹਦੇ ਆ। ਆ ਸਟੂਡੀਓ 'ਚ ਵੀ ਮੇਰੇ ਨਾਲ ਇੱਦਾਂ ਹੀ ਹੁੰਦਾ, ਜੇ ਮੈਂ ਗਾਉਣ ਲੱਗ ਪੈਂਦਾ ਕਈ ਵਾਰੀ ਇੱਦਾਂ ਮੇਰੇ ਨਾਲ ਹੁੰਦਾ, ਅੱਛਾ ਯਾਰ ਹੁਣ ਸ਼ਾਮ ਪੈ ਗਈ ਆ, ਹਨਾ ਟਾਈਮ ਦਾ ਕਈ ਵਾਰੀ ਪਤਾ ਨਹੀਂ ਲੱਗਦਾ, ਜਿਸ ਵੇਲੇ ਤੁਸੀਂ ਇੰਗੇਜਡ ਆ ਕਿਸੇ ਚੀਜ਼ ਦੇ ਵਿੱਚ ਤਾਂ ਸਮਾਂ ਛੇਤੀ ਲੱਗਦਾ ਪਏ, ਲੰਘੀ ਜਾਂਦਾ। ਜਿਸ ਵੇਲੇ ਕੁਛ ਕਰਨ ਨੂੰ ਨਹੀਂ ਹੈਗਾ ਤਾਂ ਬੰਦਾ, ਕੁੱਤੇ ਨਹੀਂ ਬੋਰ ਹੋ ਜਾਂਦੇ ਘਰਾਂ 'ਚ, ਉਦਾਸ ਹੋ ਜਾਂਦੇ ਜਿਹੜੇ ਲੋਕ ਕੰਮ ਕਰਦੇ ਆ। ਇੱਥੇ ਮੈਨੂੰ ਗੱਲ ਯਾਦ ਆਈ ਆ, ਕਿਸੇ ਸਾਈਕੋਲੋਜਿਸਟ ਨੇ ਕਿਹਾ ਆ, ਜਿੱਦਾਂ ਪੁਰਾਣੇ ਦੀ 100 ਸਾਲ ਤੋਂ ਵੀ ਪੁਰਾਣਾ, ਅਤੇ ਉਹ ਕਹਿੰਦਾ ਬੰਦਾ ਸਮਾਂ ਬਚਾਉਣਾ ਚਾਹੁੰਦਾ, ਕਾਹਲੀ ਕਰੀ ਜਾਂਦਾ, ਮੇਰਾ ਇੱਥੇ ਸਮਾਂ ਬਚ ਜਾਵੇ, ਮੇਰਾ ਉੱਥੇ ਬਚ ਜਾਵੇ,
ਪਰ ਕਹਿੰਦਾ ਜਦੋਂ ਬਚ ਜਾਂਦਾ ਤਾਂ ਫੇਰ ਇਹਨੂੰ ਗਵਾਉਣਾ ਚਾਹੁੰਦਾ ਤੇ ਫੇਰ ਕਹਿੰਦਾ ਕਿਸੇ ਨਾ ਕਿਸੇ ਤਰੀਕੇ ਨਾਲ ਖਤਮ ਹੋ ਜਾਏ, ਇਹਨੂੰ ਕਰਨਾ ਕੀ ਆ ਹਨਾ, ਪਹਿਲਾਂ ਬਾਹਰ ਚਲੀਏ, ਬਾਹਰ ਚਲੀਏ ਯਾਰ ਕੁਛ ਕਰਨ ਚਲੀਏ, ਜਾਂਦੇ ਕਈ ਲੱਗ ਪੈਂਦੇ ਕਹਿਣ ਯਾਰ ਹੁਣ ਮੁੜ ਚਲੀਏ ਘਰ ਨੂੰ ਹੈ। ਆਹੋ, ਪਰ ਕਾਹਲੀ ਪੈ ਗਈ ਨਾ ਜ਼ਮਾਨੇ 'ਚ, ਹਰ ਇੱਕ ਚੀਜ਼ 'ਚ ਤੇਜ਼ੀ ਆ ਗਈ। ਸਾਡੀ ਉਮਰ 'ਚ ਹੀ ਦੇਖ ਲਓ, ਪਰ ਜਾਣੀ ਕਿ ਚਲੋ ਉੱਦਾਂ ਤਾਂ ਸਾਡੀ ਕਿੱਡੀ ਕੁ ਉਮਰ ਹੋ ਗਈ, ਆਪਣੇ ਆਪ ਨੂੰ ਤਾਂ ਛੋਟੀ ਲੱਗੀ ਜਾਂਦੀ ਹੈ। ਛੋਟੀ ਹੁੰਦੀ ਆ, ਕੀ ਸਕਾ ਕਿ ਪੈਦਾ ਹੋਏ ਹੋਈ ਅਜ਼ਾਨ, ਮਰੇ ਹੋਈ ਨਮਾਜ਼, ਇਤਨੀ ਛੋਟੀ ਜ਼ਿੰਦਗੀ ਕਾ ਕਿਆ ਕਰੇਂਗੇ ਹਮ। ਉਮਰੇ ਘਰ ਆਜ਼ੂ ਮੰਗ ਕਰ ਲਾਏ ਥੇ ਚਾਰ ਰੋਜ਼, ਦੋ ਆਰਜ਼ੂ ਮੇਂ ਕਟ ਗਏ ਦੋ ਇੰਤਜ਼ਾਰ ਮੇਂ, ਇਹ ਛੋਟੀ ਆ ਭਰਾਵਾ। ਹਾਂ, ਉਹ ਉੱਡੀ ਉਮਰ ਲੱਗਦੀ ਰਹਿੰਦੀ ਆ, ਤੇ ਉਹ ਜਿਹੜਾ ਇੱਕ ਸਾਲ ਦਾ ਬੱਚਾ ਉਹਨੂੰ ਦੂਜਾ ਸਾਲ ਆਪਣੀ ਅੱਧੀ ਉਮਰ ਲੱਗਦਾ ਨਾ। ਇਹ ਤਾਂ ਹਲੇ ਇਹਦਾ ਤਾਂ ਜਨਮ ਦਿਨ ਪਹਿਲਾਂ ਆਇਆ, ਅਰਨਵ ਕਹੇ, ਅਰਨਵ ਕਹੇ ਨਾ। ਮੈਂ ਕਿਹਾ ਤੂੰ ਕਿੰਨੇ ਦਾ ਹੋ ਗਿਆ, ਮੈਂ ਪੰਜ ਦਾ। ਮੈਂ ਕਿਹਾ ਤੂੰ ਤੂੰ ਮੈਂ ਕਿਹਾ ਕਿੰਨਾ ਕੁ ਹੋ ਗਿਆ ਫਿਰ। ਆਹੋ, ਤੇਜ਼ ਬਹੁਤ ਆ, ਹਲੇ ਹਲੇ ਤਿੰਨ ਕੁ ਸਾਲ ਦਾ ਸੀਗਾ। ਇੱਕ ਵਾਰੀ ਮੈਂ ਦੇਖਿਆ ਉੱਥੇ ਫਲਾਇਰ ਪਿਆ ਕੋਈ, ਤਾਂ ਮੈਂ ਉਹਨੂੰ ਕਿਹਾ, ਮੈਂ ਕਿਹਾ ਆਹ ਕੀ ਲਿਖਿਆ ਆ? ਕਹਿੰਦਾ SHOPPERS, ਉਹ ਸ਼ੋਪਰਸ ਡਰੱਗ ਮਾਰਟ ਦਾ ਹੋਣਾ ਨਾ ਫਲਾਇਰ, ਤੇ ਉਹ ਸ਼ੋਪਰਸ ਲਿਖਿਆ ਆਇਆ ਸੀਗਾ ਉੱਪਰ ਮੋਟਾ ਕਰਕੇ, ਤੇ ਮੈਂ ਕਿਹਾ ਇਹ ਫਿਰ ਕੀ ਬਣਿਆ? ਕਹਿੰਦਾ ਪੋਸਟ ਆਫਿਸ। ਉੱਥੇ ਹੁਣ ਪੋਸਟ ਆਫਿਸ ਦੇਖਿਆ ਹੈ ਨਾ। ਤੇ ਇਹ ਕਮਲ ਇੱਦਾਂ ਕਹਿੰਦੇ ਆ ਵੀ ਜਿਹੜਾ ਹੁਣ ਇੱਕ ਸਾਲ ਦਾ ਬੱਚਾ ਆ ਉਹਦੇ ਲਈ ਜਿਹੜਾ ਦੂਜਾ ਸਾਲ ਆ ਉਹ ਬਹੁਤ ਲੰਬਾ, ਕਿਉਂਕਿ ਉਹਦੀ 50% ਜ਼ਿੰਦਗੀ ਆ, ਤੇ ਜਿਹੜਾ 10 ਸਾਲ ਦਾ ਬੱਚਾ ਆ ਉਹਦੇ ਲਈ ਜਿਹੜਾ ਇੱਕ ਸਾਲ ਆ ਉਹ ਸਿਰਫ ਉਹਦੀ ਜ਼ਿੰਦਗੀ ਦਾ 10ਵਾਂ ਹਿੱਸਾ ਰਹਿ ਗਿਆ, ਉਹ ਛੋਟਾ ਹੋਈ ਜਾਂਦਾ, ਉਹਦਾ ਹਿੱਸਾ ਛੋਟਾ ਹੋਈ ਜਾਂਦਾ। ਹਾਂ, ਜਿੱਦਾਂ ਪਰ ਉਮਰ ਉੱਡੀ ਰਹਿੰਦੀ ਆ ਆਪਣੇ ਆਪ ਨੂੰ, ਜਿੱਦਾਂ ਅਲਜਬਰੇ ਵਿੱਚ ਕਹਿੰਦੇ ਹੁੰਦੇ ਆ ਮੰਨ ਲਓ ਐਕਸ ਬਰਾਬਰ 1, ਤੇ ਉਹ ਹੁਣ ਜਿਹੜਾ ਹੁਣ 24 ਸਾਲ ਦਾ ਬੰਦਾ ਆ ਉਹਦੇ ਲਈ ਜਿਹੜਾ ਇੱਕ ਸਾਲ ਆ ਉਹ ਜਿਹੜਾ ਛੋਟਾ ਬੱਚਾ ਉਹਦੇ ਲਈ 2 ਹਫ਼ਤਿਆਂ ਦੇ ਬਰਾਬਰ ਦੇਖਲਾ ਰਹਿ ਜਾਂਦਾ, ਉਹ ਸਮਾਂ ਗਾਂ ਤੋਂ ਗਾਂ ਛੋਟਾ ਹੀ ਹੋਈ ਜਾਂਦਾ। ਮੈਂ ਨਹੀਂ ਕਦੇ ਵੀ ਸੋਚਿਆ ਇੱਦਾਂ। ਇੱਦਾਂ ਹੁਣ ਜਿਹੜੇ ਸਿਆਣੇ ਆ ਉਹਨਾਂ ਲਈ ਤਾਂ ਸਾਲ ਉੱਡਦੇ ਹੀ ਜਾਂਦੇ। ਪਤਾ ਨਹੀਂ ਸਿਆਣੇ ਨੇ ਕਹਿਣਾ, ਪਤਾ ਨਹੀਂ ਤਾਂ 50ਵੇਂ ਬਰਥਡੇ 'ਤੇ ਆਇਆ ਸੀ, ਪਤਾ ਨਹੀਂ 70ਵੇਂ 'ਤੇ ਆਇਆ ਸੀਗਾ, ਉਹ ਆਇਆ ਸੀ ਮੈਨੂੰ ਮਿਲਣ। ਹਾਂ ਹਾਂ, ਉਹਦੇ ਲਈ ਤਾਂ ਬਹੁਤ ਛੋਟੇ ਹੋ ਜਾਣੇ ਫਿਰ ਸਾਲ। ਹਾਂ, ਪਰ ਇਹ ਕੋਈ ਕਨਫਿਊਜ਼ਨ ਨਹੀਂ ਹੈ, ਜਾਣੀ ਕਿ ਸਮਾਂ ਹਰ ਇੱਕ ਲਈ ਵੱਖਰਾ ਚੱਲਦੇ ਫਿਰਦੇ ਇਤਿਹਾਸ। ਹਾਂ, ਜਾਣੀ ਕਿ ਯਾਦਦਾਸ਼ਤ ਦਾ ਭੰਡਾਰ ਵਧੀ ਜਾਂਦਾ ਪਰ ਸਮਾਂ ਉਹੀ ਰਹਿੰਦਾ, ਸਮਾਂ ਰੈਲੇਟਿਵ ਆ ਬਹੁਤ। ਉਹ ਜਿੱਦਾਂ ਕੁੱਤਾ ਆ ਹੁਣ ਵਿਚਾਰਾ 10 ਸਾਲ ਉਮਰ ਆ ਕੁੱਤੇ ਦੀ, ਜੇ ਚੱਲ ਵਧੀਆ ਹੋਵੇ ਤਾਂ 12-13 ਵੀ ਕੱਟ ਜਾਊ। ਹਾਂ ਹਾਂ, ਉਹ ਵੀ ਗੱਲ, ਪਰ ਇੱਕ ਹੋਰ ਵੀ ਗੱਲ ਕਿ ਸਮਾਂ ਰੈਲੇਟਿਵ ਆ ਸਾਈਜ਼ ਦੇ ਨਾਲ, ਜਿਹੜੀ ਕੋਈ ਚੀਜ਼ ਜਿੰਨੀ ਬੜੀ ਆ ਜਾਂ ਜਿੰਨੀ ਛੋਟੀ ਆ ਉਹਦੇ ਲਈ ਸਮਾਂ ਵੱਖ ਵੱਖ ਸਪੀਡ ਤੇ ਚੱਲਦਾ। ਅੱਛਾ, ਕੁੱਤੇ ਨੂੰ ਰੱਖ ਲਓ ਕਿਉਂਕਿ ਸਾਨੂੰ ਪਤਾ ਕੁੱਤਿਆਂ ਦੀ ਏਜ ਦਾ ਤਾਂ। ਹਾਂ, ਉਹ ਵੀ ਪਰ ਜਾਣ ਕੇ ਜਿੱਦਾਂ ਹੁਣ ਚਿੜੀ ਆ ਜਿਹੜੀ, ਉਹਦੇ ਲਈ ਹਾਥੀ ਨਾਲੋਂ ਸਮਾਂ ਹੌਲੀ ਤੁਰ ਰਿਹਾ। ਹੁਣ ਚਿੜੀ ਜਿੱਦਾਂ ਰੁੱਖਾਂ ਦੇ ਵਿੱਚ ਦੀ ਐਂ ਕਰਕੇ ਲੰਘਦੀ ਆ, ਉਹਦੇ ਲਈ ਸਕਿੰਟ ਜਿੱਡਾ ਸਾਡੇ ਲਈ ਸਕਿੰਟ ਉਹਦੇ ਨਾਲੋਂ ਲੰਮਾ। ਹੁਣ ਮੱਖੀ ਲੈ ਲਓ, ਹੁਣ ਮੱਖੀ ਉੱਡਣ ਦੀ ਅਬਿਲਟੀ ਉਹਦੇ ਵਿੱਚ ਜ਼ਿਆਦਾ ਵੀ ਆ ਸਾਡੇ ਨਾਲੋਂ, ਪਰ ਉਹਦੇ ਕੋਲ ਸਮਾਂ ਵੀ ਜ਼ਿਆਦਾ ਆ ਸਾਡੇ ਨਾਲੋਂ। ਇਹ ਬਿਲਕੁਲ 40 ਦਿਨ ਕਹਿੰਦੇ ਉਮਰ ਆ ਮੱਖੀ ਦੀ, ਹੈ ਨਾ। ਬਿਲਕੁਲ, ਤੇ ਮੈਂ ਤਾਂ ਚਲੋ ਗੱਲ ਕਰਦਾ ਸੀ ਬਚਪਨ ਦੀ ਪਹਿਲਾਂ, ਕਿ ਬਚਪਨ ਜਦੋਂ ਸਾਡਾ ਸੀਗਾ ਦੇਖ ਲਾ ਕਿੰਨਾ ਉਹ ਸਿੰਪਲ ਟਾਈਮ ਸੀਗਾ, ਕਿੰਨਾ ਸਮਾਂ ਬਦਲ ਗਿਆ, ਸਾਨੂੰ ਬਾਹਰਲਾ ਕੁਛ ਪਤਾ ਹੀ ਨਹੀਂ ਸੀ ਹੁੰਦਾ, ਤੇ ਹੁਣ ਤਾਂ ਸਾਰੇ ਪਾਸੇ ਇੰਟਰਨੈਟ ਦੇ ਨਾਲ ਇੱਕੋ ਜਿਹੀ ਚੀਜ਼ ਹੋ ਗਈ, ਸੇਮ ਸਾਰਾ ਕੁਝ। ਪਰ ਉਦੋਂ ਜਿਹੜਾ ਪਿੰਡ ਸੀ, ਪਿੰਡ ਤੇ ਬਾਕੀ ਦੀ ਦੁਨੀਆਂ ਦੇ ਵਿਚਾਲੇ ਬਹੁਤ ਬੜਾ ਫਾਸਲਾ ਸੀਗਾ। ਵੈਸੇ ਵੀ ਬਚਪਨ ਦਾ ਸਭ ਤੋਂ ਪਿਆਰੀ ਚੀਜ਼ ਬਚਪਨ ਆ, ਪਰ ਉਹ ਤਾਂ ਹੈ। ਮਾੜੀ ਗੱਲ ਇਹਦੀ ਇਹ ਆ ਵੀ ਜਿਹੜਾ ਜਿਹੜੀ ਜਿਹੜਾ ਅਸਲੀ ਬਚਪਨ ਆ, ਜਾਣੀ ਕਿ ਜਿਹੜਾ ਪਹਿਲੇ 9 ਸਾਲ ਜਾਂ 5 ਸਾਲ ਰੱਖ ਲਓ, ਉਹਦੇ 'ਚ ਕੋਈ ਗੱਲ ਕੋਈ ਯਾਦ ਹੀ ਨਹੀਂ ਰਹਿੰਦੀ, ਹੈ ਨਾ। ਪਰ ਉਹ ਛੇਪ ਕਰਦੀਆਂ ਤੁਹਾਨੂੰ ਚੀਜ਼ਾਂ, ਪਰ ਯਾਦ ਰਹਿ ਜਾਂਦਾ ਵੀ ਕੋਈ ਬਿੱਲ ਨਹੀਂ ਦੇਣਾ ਪੈਂਦਾ ਸੀਗਾ। ਬਿੱਲ ਕੋਈ ਨਹੀਂ, ਮੌਰਗੇਜ ਕੋਈ ਨਹੀਂ, ਪਰ ਬਥੇਰੀਆਂ ਕਈ ਗੱਲਾਂ ਯਾਦ ਰਹਿ ਵੀ ਜਾਂਦੀਆਂ, ਬੜੀਆਂ ਵਧੀਆ ਵਧੀਆ ਘਟਨਾਵਾਂ। ਇੱਕ ਵਾਰੀ 7ਵੀਂ ਜਾਂ 8ਵੀਂ ਦੀ ਇਹ ਗੱਲ ਹੋਣੀ ਆ। ਅੱਛਾ, ਆਪਣੇ ਕੈਨੇਡਾ ਆਉਣ ਤੋਂ ਪਹਿਲਾਂ ਸਾਡੇ ਇੱਕ ਵਾਰੀ ਨਾ ਪੇਪਰ ਸਾਨੂੰ ਪਿਆ ਹਿਸਟਰੀ ਦਾ, ਸਮਾਜਿਕ ਸਿੱਖਿਆ ਦਾ। ਸਮਾਜਿਕ ਸਿੱਖਿਆ ਜਿਹਨੂੰ ਕਹਿੰਦੇ ਸੀ, ਤਿੰਨ ਚੀਜ਼ਾਂ ਉਹ 'ਚ ਹੁੰਦੀਆਂ ਸੀ, ਭੂਗੋਲ, ਇਤਿਹਾਸ ਅਤੇ ਨਾਗਰਿਕ ਸ਼ਾਸਤਰ। ਬਿਲਕੁਲ, ਉਹ ਸਾਰਾ ਕੁਛ ਪੋਲੀਟੀਕਲ ਸਾਇੰਸ ਜਾਂ ਸਾਰਾ ਕੁਛ ਉਹਦੇ 'ਚ ਇੱਕ 'ਚ ਹੀ ਕਰ ਦੇਣਾ, ਫਿਰ ਇੱਥੇ ਆ ਕੇ ਤਾਂ ਅਲੱਗ ਅਲੱਗ ਹੋ ਗਏ ਨਾ। ਆਹੋ, ਬਾਅਦ 'ਚ ਹੋ ਜਾਂਦੇ ਆ। ਤਾਂ ਉਹਦੇ ਵਿੱਚ ਜੀ ਸਾਨੂੰ ਆ ਗਿਆ ਟੀਪੂ ਸੁਲਤਾਨ 'ਤੇ ਲਿਖੋ, ਹੈ ਨਾ। ਅੱਛਾ, ਮੈਨੂੰ ਕੁਛ ਯਾਦ ਪਤਾ ਨਾ ਟੀਪੂ ਸੁਲਤਾਨ ਦਾ, ਵੀ ਯਾਰ ਮੈਂ ਇਹਦਾ ਕੀ ਲਿਖਾਂ। ਮੈਂ ਜੀ ਜੀ ਲੱਗਾ ਆਪਣੇ ਕੋਲੋਂ ਬਣਾਉਣ ਨਾ, ਉਹਨਾਂ ਨੇ ਤਲਵਾਰਬਾਜ਼ੀ ਦੀ ਸਿੱਖਿਆ ਬਚਪਨ 'ਚ ਸ਼ੁਰੂ ਕਰ ਦਿੱਤੀ ਸੀ। ਹੈਂ, ਉਹ ਵੀ ਆਪਣੇ ਪਿਤਾ ਵਾਂਗ ਇੱਕ ਮਹਾਨ ਯੋਧਾ ਸਨ। ਸੰਗੀਤਕਾਰ ਵੀ ਕਹਿੰਦੇ ਹੁੰਦੇ ਮਿਊਜ਼ਿਕ ਦਾ ਸ਼ੌਂਕ ਬਚਪਨ 'ਚ ਹੀ ਪੈ ਗਿਆ। ਚੱਲ ਜੀ, ਜਿਸ ਵੇਲੇ ਅਸੀਂ ਪੇਪਰ ਪਾ ਕੇ ਆਏ ਤਾਂ ਮੈਂ
ਆਪਣੇ ਫਰੈਂਡਾਂ ਦੇ ਨਾਲ ਨਾ ਬੜੀ ਜਿੱਦਾਂ ਬਈ ਇੱਕ ਦੂਏ 'ਚ ਗੱਲ ਕਰਾਂ ਵੀ ਯਾਰ ਮੈਂ ਦੇਖ ਲਾ ਮਹਾਰਾਜ ਤੁਹਾਨੂੰ ਦੱਸੀਏ ਮੈਂ ਅੱਜ ਕਮਾਲ ਕਿਉਂਕਿ ਜੇ ਹੁਣ ਬੰਦਾ ਯੋਧਾ ਬਣਿਆ ਤਾਂ ਮਤਲਬ ਡੈਡੀ ਵੀ ਯੋਧਾ ਹੀ ਹੋਣਾ ਪੱਕਾ ਹੀ ਆ ਤੇ ਜਿਹੜਾ ਯੋਧਾ ਬਣਿਆ ਤਲਵਾਰਬਾਜ਼ੀ ਤਾਂ ਬਚਪਨ 'ਚ ਸਿੱਖਣੀ ਪਊਗੀ ਕਿਹੜਾ ਕਿਤੇ 25 ਸਾਲ ਦਾ ਹੋ ਕੇ ਚੱਕੂਗਾ ਪਰ ਪਹਿਲਾਂ ਗੱਤੇ ਦੀ ਕਿਰਪਾਨ ਨਾ ਸਿਖਾਲਦੇ ਹੋਣੇ ਹਾਂ ਬਿਲਕੁਲ ਤੇ ਉਹ ਉਹ ਮੈਨੂੰ ਮੇਰਾ ਮਿੱਤਰ ਉਹ ਕਹਿੰਦਾ ਭਾਜੀ ਤੁਸੀਂ ਤਾਂ ਫੇਰ ਵਧੀਆ ਕਰਿਆ ਏ ਮੈਂ ਕਿਹਾ ਕਿੱਦਾਂ ਕਹਿੰਦਾ ਮੈਂ ਤਾਂ ਕਹਿੰਦਾ ਇੱਦਾਂ ਕੀਤਾ ਵੀ ਮੈਨੂੰ ਤਾਂ ਇੰਨਾ ਵੀ ਨਹੀਂ ਖਿਆਲ ਆਇਆ ਵੀ ਮੈਂ ਇੱਦਾਂ ਕਰ ਸਕਦਾ ਕਹਿੰਦਾ ਮੈਂ ਕੀ ਕੀਤਾ ਕਹਿੰਦਾ ਮੈਂ ਤਾਂ ਜਿਹੜਾ ਕੁਐਸਚਨ ਉਹਨਾਂ ਨੇ ਪੁੱਛਿਆ ਸੀ ਨਾ ਟੀਪੂ ਸੁਲਤਾਨ ਬਾਰੇ ਲਿਖੋ ਟੀਪੂ ਸੁਲਤਾਨ ਕਿਹੋ ਜਿਹਾ ਯੋਧਾ ਸਨ ਜਾਂ ਕੁਛ ਵੀ ਕਹਿੰਦਾ ਮੈਂ ਉਹਨੂੰ ਹੀ ਵਾਰ ਵਾਰ ਲਿਖੀ ਗਿਆ ਗੱਲ ਇਹ ਵੀ ਅਸੀਂ ਦੋਨੋਂ ਹੀ ਪਾਸ ਹੋ ਗਏ ਆਹੋ ਪਰਚਾ ਭਰਤਾ ਨਾ ਕਈ ਮਾਸਟਰ ਵੀ ਗਿੱਠ ਗਿਣ ਕੇ ਨੰਬਰ ਦਿੰਦੇ ਹੁੰਦੇ ਸੀ ਇੱਕ ਮਨਮੋਹਣ ਹੁਣਾਂ ਦੇ ਨਾਲ ਪੜ੍ਹਦੇ ਹੁੰਦੇ ਸੀ ਹਲਵਾਈ ਦਾ ਮੁੰਡਾ ਹੁੰਦਾ ਸੀ ਸਕੂਲ ਦੇ ਬਾਹਰ ਸਕੂਲ ਦੇ ਨਾਲ ਹੀ ਸ਼ੋਪ ਹੁੰਦੀ ਸੀ ਉਹਨਾਂ ਦੀ ਤੇ ਉਹਨੇ ਅੱਠਵੀਂ ਦੇ ਵਿੱਚ ਨਾ ਇੱਕ ਚੀਜ਼ ਯਾਦ ਕਰ ਲਈ ਆਕਸੀਜਨ ਨੂੰ ਕਿਵੇਂ ਬਣਾਇਆ ਜਾਂਦਾ ਇਸ ਦੇ ਗੁਣ ਤੇ ਔਗਣ ਲਿਖੋ ਤੇ ਉਹ ਪੇਪਰਾਂ ਦੇ ਵਿੱਚ ਉਹ ਆਇਆ ਹੀ ਨਹੀਂ ਪ੍ਰਸ਼ਨ ਪੇਪਰਾਂ 'ਚ ਕੁਛ ਹੋਰ ਆ ਗਿਆ ਤੇ ਜਦੋਂ ਉਹਨੂੰ ਬਾਅਦ ਵਿੱਚ ਮਨਮੋਹਣ ਨੇ ਪੁੱਛਿਆ ਕਹਿੰਦਾ ਵੀ ਤੂੰ ਵੀ ਕਿੱਦਾਂ ਪੇਪਰ 'ਚ ਕੀਤਾ ਕਹਿੰਦਾ ਮੈਂ ਤਾਂ ਇੱਕੋ ਹੀ ਚੀਜ਼ ਯਾਦ ਕੀਤੀ ਸੀ ਆਕਸੀਜਨ ਕਿੱਦਾਂ ਬਣਾਉਣਾ ਅਤੇ ਉਹਦੇ ਗੁਣ ਅਤੇ ਔਗਣ ਕੀ ਆ ਅਤੇ ਕਹਿੰਦਾ ਮੈਂ ਤਾਂ ਉਹੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਉਹੀ ਸਾਰਾ ਲਿਖਿਆ ਆ ਉਹਦੇ ਨਾਲ ਹੀ ਪੇਪਰ ਭਰੇ ਪੰਜਾਬੀ ਭਾਸ਼ਾ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਸ਼ਬਦ ਆ ਜਿਹੜੇ ਹੁਣ ਅਸੀਂ ਵਰਤਦੇ ਨਹੀਂ ਅਤੇ ਮੈਨੂੰ ਇੱਕ ਕਵਿਤਾ ਮੇਰੇ ਹੱਥ ਲੱਗੀ ਆ ਬਹੁਤ ਹੀ ਸੋਹਣੀ ਸੁਰਜੀਤ ਪਾਤਰ ਹੋਣਾ ਦੀ ਮੈਂ ਪਹਿਲਾਂ ਇਹ ਕਦੇ ਨਹੀਂ ਦੇਖੀ ਅਤੇ ਇਹਦੇ ਵਿੱਚ ਰੰਗਾਂ ਦੀ ਗੱਲ ਆ ਅਤੇ ਜਦੋਂ ਅਸੀਂ ਪੰਜਾਬੀ ਦੇ ਵਿੱਚ ਰੰਗਾਂ ਬਾਰੇ ਸੋਚਦੇ ਹਾਂ ਤਾਂ ਜਿੱਦਾਂ ਮੈਂ ਆਪ ਵੀ ਸੋਚਦਾ ਅਤੇ ਮੈਂ ਸੋਚਿਆ ਚਲੋ 10-15 ਬੰਦਾ 20 ਰੰਗਾਂ ਦੇ ਨਾਂ ਲੈ ਦਿਉ ਅਤੇ ਮੈਂ ਦੇਖਿਆ ਕਿ ਇਹਦੇ ਵਿੱਚ 100 ਤੋਂ ਉੱਪਰ ਲਗਭਗ 110 ਰੰਗਾਂ ਦੇ ਨਾਮ ਉਹਨਾਂ ਨੇ ਪੰਜਾਬੀ 'ਚ ਲਿਖੇ ਆ ਅਤੇ ਇਹ ਬੜੀ ਵਧੀਆ ਗੱਲ ਆ ਅਤੇ ਤੁਸੀਂ ਕਵਿਤਾ ਆਪ ਵੀ ਸੁਣੋ ਅਤੇ ਬਾਕੀ ਵੀ ਜਿਹੜਾ ਵੀ ਤੁਹਾਡੇ ਨਾਲ ਪੰਜਾਬੀ ਦਾ ਕੋਈ ਚਾਹਵਾਨ ਹੈ ਉਹਦੇ ਨਾਲ ਸ਼ੇਅਰ ਕਰੋ ਅਤੇ ਇਹਦੇ ਵਿੱਚ ਕਈ ਇਹੋ ਜਿਹਾ ਰੰਗ ਆ ਜਿਨ੍ਹਾਂ ਦਾ ਮੈਨੂੰ ਵੀ ਨਹੀਂ ਪਤਾ ਕਿ ਕਿਹੜਾ ਰੰਗ ਆ ਅਤੇ ਮੈਂ ਵੀ ਹੁਣ ਉਹਨਾਂ ਬਾਰੇ ਦੇਖੂੰਗਾ ਕਿ ਇਸ ਰੰਗ ਨੂੰ ਕੀ ਕਹਿੰਦੇ ਇਹ ਰੰਗ ਕਿੱਥੋਂ ਆਇਆ ਅਤੇ ਤੁਸੀਂ ਵੀ ਦੇਖਣਾ ਅਤੇ ਲਓ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਇੱਕ ਰੰਗਾਂ ਦੀ ਕਵੀਸ਼ਰੀ ਦੇਖੋ ਕਿਸ ਤਰੀਕੇ ਨਾਲ ਕਿੰਨਾ ਸੋਹਣਾ ਸਾਰੇ ਪੰਜਾਬੀ ਦੇ ਰੰਗਾਂ ਨੂੰ ਅਤੇ ਪੰਜਾਬੀ ਦੇ ਸੁਭਾਅ ਨੂੰ ਇਹ 'ਚ ਫਿੱਟ ਕੀਤਾ ਲਿਖਾਂ ਮੈਂ ਕਵਿਤਾ ਰੰਗਾਂ ਸਾਰਿਆਂ ਨਮਿਤ ਤੁਸੀਂ ਸੁਣੋ ਲਾ ਕੇ ਚਿੱਤ ਮੇਰੀ ਕਾਵ ਰੰਗ ਸੰਗਲੀ ਰੰਗ 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 ਮੇਰੇ ਚਾਰੇ ਪਾਸੇ ਰੰਗ ਮੇਰੀ ਇਹੋ ਹੈ ਉਮੰਗ ਵਸੇ ਦੁਨੀਆਂ ਏ ਰੰਗਲੀ ਉਦਾ ਤੇ ਉਣਾਬੀ ਅਸਮਾਨੀ ਤੇ ਅੰਗੂਰੀ ਅੰਬ ਰਸੀਆ ਅਨਾਰੀ ਆਬ ਨੂਸੀ ਅਤੇ ਸੰਧਲੀ ਸੌਂਫੀਆ ਸੰਧੂਰੀ ਸੂਹਾ ਸਾਂਬਲਾ ਸਫੈਦ ਸਾਵਾ ਸੰਤਰੀ ਸਲੇਟੀ ਸੁਰਖ ਸਰਦਈ ਤੇ ਸ਼ਰਬਤੀ ਸੁਰਮਈ ਸੁਨਹਿਰੀ ਸਬਜ ਹੁਰਮਚੀ ਹਵਾ ਪਿਆਜ਼ੀ ਹਲਦੀ ਰੰਗਾ ਹਰਾ ਕਣਕ ਵੰਨਾ ਕੇਸੂ ਕਿਰਮਚੀ ਕੇਸਰੀ ਕਰੇਜੀ ਕਾਲਾ ਕੰਚਈ ਕੁਮੈਤ ਕੱਕਾ ਕੋਕਾ ਕੋਲਾ ਕੱਪਰਾ ਕਪਾਹੀ ਅਤੇ ਕਾਸ਼ਣੀ ਲਿਖਾਂ ਮੈਂ ਕਵੇ ਤਰੰਗਾਂ ਸਾਰਿਆਂ ਨਮਿਤ ਤੁਸੀਂ ਸੁਣੋ ਲਾ ਕੇ ਚਿੱਤ ਮੇਰੀ ਕਾਵ ਰੰਗ ਸੰਗਲੀ ਰੰਗ 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 ਮੇਰੇ ਚਾਰੇ ਪਾਸੇ ਰੰਗ ਖਾਖੀ ਖੱਟਾ ਗਾਜਰੀ ਗੁਲਾਬੀ ਗੋਰਾ ਗੁਲਾਨਾਰੀ ਗੇਰੂਆ ਕੀ ਹੱਕ ਪੂਰੀ ਘੁੱਗੀ ਰੰਗਾ ਗਾਚਣੀ ਜ਼ਹਿਰ ਮੋਹਰਾ ਜੋਗੀਆ ਜੰਗਾਰੀ ਜ਼ਰਦ ਜਾਮਨੀ ਟਮਾਟਰੀ ਤੇ ਤੋਤੇ ਰੰਗਾ ਤਾਂ ਬਈ ਤਬੀਸ਼ਰੀ ਰੰਗ ਤਰਬੂਜ਼ੀ ਦਾਖਾ ਦੁੱਧੀਆ ਤੇ ਦਾਲ ਚੀਨੀ ਧੌਲਾ ਧਾਨੀ ਨਿੰਬ ਨਸਵਾਰੀ ਨੇਵੀ ਨੀਲੜਾ ਪੀਲਾ ਤੇ ਪਿਆਜ਼ੀ ਪਾਣੀ ਪੱਤਾ ਤੇ ਫਰੋਜੀ ਫੌਜੀ ਫਾਲਸਾ ਬਸੰਤੀ ਬੱਗਾ ਬਿਸਕੁਟੀ ਬਲੰਬਰੀ ਲਿਖਾਂ ਮੈਂ ਕਵੇ ਤਰੰਗਾਂ ਸਾਰਿਆਂ ਨਮਿਤ ਤੁਸੀਂ ਸੁਣੋ ਲਾ ਕੇ ਚਿੱਤ ਮੇਰੀ ਕਾਵ ਰੰਗ ਸੰਗਲੀ ਰੰਗ 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 ਮੇਰੇ ਚਾਰੇ ਪਾਸੇ ਰੰਗ ਸੁਣ ਕੇ ਕਵਿਤ ਮੈਨੂੰ ਬੇਬੇ ਲੱਗੀ ਕਹਿਣ ਕਿੰਨੇ ਭੁੱਲ ਗਿਆ ਰੰਗ ਤੇਰੀ ਕਾਹਦੀ ਵੇ ਕਵੀਸ਼ਰੀ ਭੁੱਲਿਆ ਮਜੀਠੀ ਸਰੋਂ ਫੁੱਲਾਂ ਤੇ ਸਲੇਟੀ ਸੁੱਚਾ ਮੋਰ ਪੰਖੀ ਮਿੱਟੀ ਰੰਗਾ ਮੁਸ਼ਕੀ ਤੇ ਬੈਂਗਣੀ ਭੁੱਲਿਆ ਬਦਾਮੀ ਬੂਰਾ ਭਾਗਵਾਂ ਬਲੌਰੀ ਭੂਰਾ ਮੱਲਾਗੀਰੀ ਮਹਿੰਦੀ ਰੰਗਾ ਮੋਤੀਆ ਤੇ ਮਿਲਟਰੀ ਮੂੰਗੀਆ ਤੇ ਮੇਮ ਝਾਟਾ ਰੱਤੜਾ ਰਸੌਂਤੀ ਲਾਖਾ ਲਾਜਵਰੀ ਲਾਲ ਤੇ ਲਸੂੜੀ ਦੁੱਧ ਆਕਾਸ਼ਣੀ ਲਿਖਾਂ ਮੈਂ ਕਵਿਤ ਰੰਗਾਂ ਸਾਰਿਆਂ ਨਮਿਤ ਤੁਸੀਂ ਸੁਣੋ ਲਾਗੇ ਚਿੱਤ ਮੇਰੀ ਕਾਵ ਰੰਗ ਸੰਗਲੀ ਦੇਖ ਉਹ ਦੁਪੱਟਾ ਜਿਹਦਾ ਰੰਗ ਮਿੱਠਾ ਖੱਟਾ ਸਾਫਾ ਦੇਖ ਸਫਿਆਨਾ ਕਸਮੈਲੇ ਜਿਹੇ ਰੰਗ ਦਾ ਵਾਲ ਧੌਲੇ ਰੰਗੇ ਮੇਰੇ ਆਖ ਲੈ ਰੁਪਹਿਰੇ ਚਿੱਟੇ ਹੋ ਗਏ ਡਮਾਕ ਬੁੱਢਾ ਬਹੁਤਾ ਕੁਝ ਯਾਦ ਨਹੀਂ ਚਾਂਦੀ ਰੰਗੇ ਵਾਲਾਂ ਦੇ ਮੈਂ ਜਾਵਾਂ ਬਲਿਹਾਰ ਤੇਰੇ ਚਰਨਾਂ 'ਚ ਰੱਖਦਾ ਮੈਂ ਆਪਣੀ ਕਵੀਸ਼ਰੀ ਲੱਖ ਲੱਖ ਵਾਰ ਕਰਾਂ ਨਮਸਕਾਰ ਤੈਨੂੰ ਬੇਬੇ ਤੇਰੇ ਬਿਨਾਂ ਰਹਿਣੀ ਸੀ ਅਧੂਰੀ ਰੰਗ ਸੰਗਲੀ ਰੰਗ 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 ਮੇਰੇ ਚਾਰੇ ਪਾਸੇ ਰੰਗ ਮੇਰੀ ਇਹੋ ਹੈ ਅਮੰਗ ਵਸੇ ਦੁਨੀਆਂ ਏ ਰੰਗਲੀ
ਲਿਖਾਂ ਮੈਂ ਕਵਿਤਾ ਰੰਗਾਂ ਸਾਰਿਆਂ ਨਮਿਤ ਤੁਸੀਂ ਸੁਣੋ ਲਾ ਕੇ ਚਿੱਤ ਮੇਰੀ ਕਾਵ ਰੰਗ ਸੰਗਲੀ ਰੰਗ 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 ਮੇਰੇ ਚਾਰੇ ਪਾਸੇ ਰੰਗ ਪੰਜਾਬੀ ਪੋਡਕਾਸਟ ਸੁਣਨ ਲਈ ਬਹੁਤ ਬਹੁਤ ਧੰਨਵਾਦ ਅਤੇ ਜਿਹਨੇ ਜਿਹਨੇ ਵੀ ਇਹ ਪੋਡਕਾਸਟ ਸੁਣੀ ਹੈ ਉਹਨਾਂ ਸਾਰੇ ਸੱਜਣਾਂ ਅੱਗੇ ਇੱਕੋ ਗੁਜ਼ਾਰਿਸ਼ ਆ ਕਿ ਉਹ ਕਿਸੇ ਨਾ ਕਿਸੇ ਬੰਦੇ ਦਾ ਕਿਸੇ ਘਰ ਦੇ ਬੰਦੇ ਦਾ ਕਿਸੇ ਦੋਸਤ ਮਿੱਤਰ ਦਾ ਫੋਨ ਫੜ ਕੇ ਜਾਂ ਉਹਨੂੰ ਈਮੇਲ ਕਰਕੇ ਜਾਂ ਉਹਨੂੰ ਮੈਸੇਜ ਕਰਕੇ ਜਾਂ ਸਮਝਾ ਕੇ ਜੋ ਵੀ ਤੁਹਾਨੂੰ ਕਰਨਾ ਪੈਂਦਾ ਕਿਸੇ ਐਸੇ ਬੰਦੇ ਦੇ ਜਿਹਨੇ ਹਾਲੇ ਸੈੱਟ ਨਹੀਂ ਕੀਤੀ ਉਹਦੇ ਫੋਨ ਉੱਤੇ ਪੋਡਕਾਸਟ ਨੂੰ ਸੈੱਟ ਕਰ ਦਿਓ ਤਾਂ ਕਿ ਪੰਜਾਬੀ ਦਾ ਨਾਮ ਹੋਰ ਵਧੇ ਇਸ ਪੋਡਕਾਸਟ ਦਾ ਚਾਰੇ ਪਾਸੇ ਪ੍ਰਸਾਰ ਹੋਵੇ ਅਤੇ ਤੁਹਾਡਾ ਸਹਿਯੋਗ ਮਿਲਦਾ ਰਹੇ ਅਤੇ ਇਸੇ ਤਰੀਕੇ ਨਾਲ ਅਸੀਂ ਨਵੇਂ ਤੋਂ ਨਵੇਂ ਐਪੀਸੋਡ ਲੈ ਕੇ ਤੁਹਾਡੇ ਮੂਹਰੇ ਪੇਸ਼ ਹੁੰਦੇ ਰਹਾਂਗੇ ਅਤੇ ਇੱਥੇ ਹੀ ਮੈਨੂੰ ਆਗਿਆ ਦਿਓ ਅਗਲੇ ਐਪੀਸੋਡ ਦੇ ਵਿੱਚ ਅਗਲੇ ਹਫ਼ਤੇ ਫਿਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਇੱਕ ਨਵਾਂ ਐਪੀਸੋਡ ਲੈ ਕੇ ਕੁਝ ਨਵੀਆਂ ਗੱਲਾਂ ਲੈ ਕੇ ਫਿਰ ਇਕੱਠੇ ਬੈਠ ਕੇ ਫਿਰ ਸਾਂਝੇ ਪੰਜਾਬੀ ਦੇ ਦੁੱਖ ਸੁੱਖ ਫੁੱਲਾਂਗੇ।